ਰੋਜ਼ੀ ਤੇ ਰਾਜ਼ੀ ਸਭ ਤੋਂ ਵੱਡੀ ਚਿੰਤਾ ਮਨੁੱਖ ਨੂੰ ਰੋਜ਼ੀ ਦੀ ਹੈ। ਵੈਸੇ ਤਾਂ ਚਿੰਤਾਵਾਂ ਬੇਸ਼ੁਮਾਰ ਹਨ, ਪਰ ਰੋਜ਼ੀ ਦੀ ਚਿੰਤਾ ਸਿਖਰ ਤੇ ਰਹਿੰਦੀ ਹੈ, ਸਭ ਤੋਂ ਉੱਪਰ ਰਹਿੰਦੀ ਹੈ। ਰੋਜ਼ੀ ਦੀ ਤਲਾਸ਼ ਤਾਂ ਭਾਵੇਂ ਪਸ਼ੂ ਪੰਛੀ ਕੀੜੇ ਮਕੌੜੇ ਵੀ ਕਰਦੇ ਹਨ, ਪਰ ਰੋਜ਼ੀ ਦੀ ਚਿੰਤਾ ਨਹੀਂ ਹੈ। ਚਿੰਤਾ ਸਿਰਫ ਇਨਸਾਨ ਨੂੰ ਹੈ, ਪੰਛੀਆਂ ਨੂੰ ਰੋਜ਼ੀ ਦੀ ਚਿੰਤਾ ਨਹੀਂ ਹੈ। ਗੁਰਬਾਣੀ ਵਿੱਚ ਫਰਮਾਨ ਹੈ, ਪਰੰਦੇ ਨਾ ਗਿਰਾ ਹਜਰ ਦਰਖਤ ਆਬ ਆਸ ਕਰ ਦਹਿੰਦ ਸੁਈ ਏਕ ਤੁਈ ਏਕ ਤੁਈ। ਜੇ ਪਸ਼ੂ ਤੇ ਪੰਖੀਆਂ ਨੂੰ ਚਿੰਤਾ ਹੁੰਦੀ ਤਾਂ ਉਹਨਾਂ ਨੇ ਦਾਣਿਆਂ ਦੇ ਸਟਾਕ ਕਰ ਲੈਣੇ ਸੀ, ਦਾਣਿਆਂ ਦੇ ਭੰਡਾਰ ਭਰ ਲੈਣੇ ਸੀ। ਚਿੰਤਾ ਹਮੇਸ਼ਾ ਭਵਿੱਖ ਦੀ ਹੁੰਦੀ ਹੈ। ਪਸ਼ੂ ਅੱਜ ਵੀ ਜਿਉਂਦੇ ਹਨ, ਭਵਿੱਖ ਦੀ ਚਿੰਤਾ ਦੇ ਬੋਝ ਨੂੰ ਸਿਰਫ ਮਨੁੱਖ ਹੀ ਚੁੱਕਦਾ ਹੈ, ਪਸ਼ੂ ਨਹੀਂ। ਪਸ਼ੂ ਕਦੇ ਭੰਡਾਰੇ ਨਹੀਂ ਭਰਦਾ। ਪਸ਼ੂ ਅੱਜ ਖਾਂਦਾ ਹੈ ਅਤੇ ਕੱਲ੍ਹ ਪਰਮਾਤਮਾ ਦੇ ਆਸਰੇ ਛੱਡ ਦਿੰਦਾ ਹੈ, ਪਰ ਮਨੁੱਖ ਸੋਚਦਾ ਹੈ ਅੱਜ ਮਿਲਿਆ ਹੈ, ਕੱਲ੍ਹ ਮਿਲੇਗਾ ਕਿ ਨਹੀਂ। ਅੱਜ ਜਵਾਨ ਹਾਂ, ਕੱਲ੍ਹ ਬੁੱਢਾ ਨਾ ਹੋ ਜਾਵਾਂ। ਅੱਜ ਜ਼ਿੰਦਾ ਹਾਂ, ਕੱਲ੍ਹ ਮਰ ਨਾ ਜਾਵਾਂ ਜਾਂ ਬਿਮਾਰ ਨਾ ਪੈ ਜਾਵਾਂ। ਇਸ ਤਰ੍ਹਾਂ ਦੀ ਚਿੰਤਾ ਵਿੱਚ ਮਨੁੱਖੀ ਜ਼ਿਹਨ ਅਕਸਰ ਗੋਦੇ ਖਾਂਦਾ ਰਹਿੰਦਾ ਹੈ। ਛੋਟੇ ਜਾਂ ਵੱਡੇ ਰੂਪ ਵਿੱਚ ਇਹ ਚਿੰਤਾ ਹਰ ਮਨੁੱਖ ਤੇ ਹੈ। ਚਿੰਤਤ ਹੀ ਦਿਸੈ ਸਭ ਕੋਇ, ਚਿਤ ਹੈ ਏਕ ਤਹੀਂ ਸੁਖ ਹੋਇ। ਮਨੁੱਖ ਖੁਦ ਇੱਕ ਕਿਰਤ ਹੈ, ਇਸ ਵਾਸਤੇ ਚਿੰਤਾ ਕਰਤੇ ਨੂੰ ਹੋਣੀ ਚਾਹੀਦੀ ਹੈ ਤੇ ਹੈ। ਨਾ ਕਰ ਚਿੰਤ, ਚਿੰਤਾ ਹੈ ਕਰਤੇ। ਇੱਕ ਜਗ੍ਹਾ ਹੋਰ ਗੁਰੂ ਜੀ ਫਰਮਾਉਂਦੇ ਹਨ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਗੁਰਬਾਣੀ ਦਾ ਇੱਕ ਮਹਾਨ ਵਾਕ ਹੈ ਕਿ ਜਿਤਨੇ ਜੀਵ ਆਉਂਦੇ ਹਨ ਸੰਸਾਰ ਵਿੱਚ, ਉਹਨਾਂ ਵਾਸਤੇ ਰਿਜ਼ਕ ਦਾ ਬੰਦੋਬਸਤ ਕੁਦਰਤ ਕਈ ਵਸੀਲਿਆਂ ਨਾਲ ਕਰ ਛੱਡਦੀ ਹੈ। ਪਹਿਲੋਂ ਦੇ ਤੈ ਰਿਜ਼ਕ ਸਮਾਹਾ, ਬੱਚੇ ਦੇ ਜਨਮ ਤੋਂ ਪਹਿਲਾਂ ਮਾਂ ਦੇ ਅਸਥਨਾਂ ਵਿੱਚ ਦੁੱਧ ਆ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਪ੍ਰਕਿਰਤੀ ਰੋਜ਼ੀ ਦੇਣ ਦੇ ਮਾਮਲੇ ਵਿੱਚ ਤਤਪਰ ਹੈ। ਜਦੋਂ ਮਨੁੱਖ ਚਿੰਤਾ ਵੱਸ ਹੋ ਕਈ ਆਦਮੀਆਂ ਦਾ ਰਿਜ਼ਕ ਦਬਾ ਕੇ ਬੈਠ ਜਾਂਦਾ ਹੈ, ਲੋਭ ਵੱਸ ਹੋ ਕੇ, ਚਿੰਤਾ ਵੱਸ ਹੋ ਕੇ, ਹਉਮੈ ਵੱਸ ਹੋ ਕੇ, ਕਈ ਇਨਸਾਨਾਂ ਦਾ ਰਿਜ਼ਕ ਦਬਾ ਕੇ ਬੈਠ ਜਾਂਦਾ ਹੈ ਤਾਂ ਭੁੱਖਮਰੀ ਦੇ ਆਸਾਰ ਪੈਦਾ ਹੋ ਜਾਂਦੇ ਹਨ ਤੇ ਇਸ ਨਾਲ ਕੁਦਰਤ ਦਾ ਜੋ ਸੰਤੁਲਨ ਹੈ ਉਹ ਵਿਗੜ ਜਾਂਦਾ ਹੈ। ਕਾਸ਼ ਮਨੁੱਖ ਰੋਜ਼ੀ ਦਹਿੰਦ ਅਕਾਲ ਪੁਰਖ ਨੂੰ ਮਨ ਲਵੇ ਤਾਂ ਇਸ ਦੀਆਂ ਰੋਜ਼ੀ ਸੰਬੰਧੀ ਤਮਾਮ ਚਿੰਤਾਵਾਂ ਦਾ ਅੰਤ ਹੋ ਜਾਵੇ। ਕਿ ਕਾਰਨ ਕੁਨਿੰਦ ਹੈ ਕਿ ਰੋਜ਼ੀ ਦਹਿੰਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਛੋਟਾ ਜਿਹਾ ਜੋ ਲੇਖ ਸੀ ਇਹ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੋਰਾਂ ਦੀ ਕਿਤਾਬ ਜੋ ਗੁਰੂ ਚਿੰਤਨ ਹੈ ਉਸ ਵਿੱਚੋਂ ਲਿਆ ਗਿਆ ਹੈ। ਸੋ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਵਿਸ਼ੇ ਇਸ ਵਿੱਚ ਮੌਜੂਦ ਹਨ ਜੋ ਕਿ ਬੜੇ ਛੋਟੇ ਛੋਟੇ ਅਤੇ ਬਹੁਤ ਵੱਡੀ ਗੱਲ ਨੂੰ ਥੋੜ੍ਹੇ ਸ਼ਬਦਾਂ ਵਿੱਚ ਬਿਆਨ ਕੀਤਾ ਗਿਆ। ਖੂਬਸੂਰਤ ਕਿਤਾਬ ਹੈ, ਸੋ ਸਾਨੂੰ ਇਸ ਦਾ ਲਾਹਾ ਲੈਣਾ ਚਾਹੀਦਾ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।